ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਰੈਂਡਸ ਟੀਵੀ ਕੈਨੇਡਾ ਮੈਂ ਹਾਂ ਕਮਲਪ੍ਰੀਤ ਸਿੰਘ ਤੇ ਇਸ ਵੇਲੇ ਦੀ ਤਾਜ਼ਾ ਤਰੀਨ ਖਬਰ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹਾਂ ਇਸ ਵੇਲੇ ਦੀ ਤਾਜ਼ਾ ਤਰੀਨ ਖਬਰ ਥੋੜੀ ਚਿੰਤਾਜਨਕ ਹੈ ਕਿਉਂਕਿ ਦੇਸ਼ ਵਿੱਚ ਕੋਰੋਨਾ ਦੇ 7,447 ਨਵੇਂ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਓਮਿਕਰੋਨ ਵੇਰੀਐਂਟ ਦੀ ਵੀ ਰਾਜਧਾਨੀ ਬਣ ਰਹੀ ਹੈ ਦਿੱਲੀ ਜਿੱਥੇ ਮਿਲੇ ਹਨ 10 ਨਵੇਂ ਮਾਮਲੇ ਜਾਣਦੇ ਹਾਂ ਇਸ ਖਬਰ ਨੂੰ ਵਿਸਥਾਰ ਦੇ ਨਾਲ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 830 ਸਰਗਰਮ ਮਾਮਲੇ ਘਟਣ ਦੇ ਨਾਲ ਨਾਲ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਘਟ ਕੇ 86,415 ਰਹਿ ਗਈ ਜਦਕਿ ਕੋਰੋਨਾ ਸੰਕਰਮਣ ਦੇ 7,447 ਨਵੇਂ ਮਾਮਲੇ ਸਾਹਮਣੇ ਆਏ ਜੋ ਵੀਰਵਾਰ ਦੇ 7,974 ਤੋਂ ਘੱਟ ਹਨ ਇਸ ਵਿੱਚ ਵੀਰਵਾਰ ਨੂੰ ਦੇਸ਼ ਵਿੱਚ 70,46,805 ਕੋਰੋਨਾ ਟੀਕੇ ਲਗਾਏ ਗਏ ਅਤੇ ਇਸ ਦੇ ਨਾਲ ਹੀ ਕੁੱਲ ਟੀਕਾਕਰਨ ਦੀ ਗਿਣਤੀ 1,35,99,96,267 ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ 'ਚ ਕੋਰੋਨਾ ਸੰਕਰਮਣ ਦੇ 7,447 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੌਰਾਨ 7,886 ਮਰੀਜ਼ ਸਿਹਤਮੰਦ ਹੋਣ ਦੇ ਨਾਲ ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3,41,62,765 ਹੋ ਗਈ ਹੈ ਉਕਤ ਮਿਆਦ ਵਿੱਚ 830 ਸਰਗਰਮ ਮਾਮਲੇ ਘਟਣ ਦੇ ਨਾਲ ਇਹਨਾਂ ਦੀ ਕੁੱਲ ਗਿਣਤੀ ਘੱਟ ਕੇ 86,415 ਰਹਿ ਗਈ ਅਤੇ 391 ਹੋਰ ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਇਸ ਵਾਇਰਸ ਦੇ ਨਾਲ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵੱਧ ਕੇ 4,76,869 ਹੋ ਗਿਆ ਦੇਸ਼ ਵਿੱਚ ਰਿਕਵਰੀ ਦਰ 98.38% ਹੈ ਸਰਗਰਮ ਮਾਮਲਿਆਂ ਦੀ ਦਰ 0.25% ਅਤੇ ਮੌਤ ਦਰ 1.37% 'ਤੇ ਬਰਕਰਾਰ ਹੈ ਮੌਜੂਦਾ ਸਮੇਂ ਦੇਸ਼ 'ਚ ਵੱਧ ਸਰਗਰਮ ਮਾਮਲੇ ਕੇਰਲਾ ਦੇ ਵਿੱਚ ਹਨ ਇੱਥੇ ਪਿਛਲੇ 24 ਘੰਟਿਆਂ ਦੇ ਵਿੱਚ 1,061 ਸਰਗਰਮ ਮਾਮਲੇ ਘਟਣ ਦੇ ਨਾਲ ਇਹਨਾਂ ਦੀ ਕੁੱਲ ਗਿਣਤੀ ਘੱਟ ਕੇ 34,836 ਰਹਿ ਗਈ ਸੂਬੇ ਵਿੱਚ 4,145 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 51,29,044 ਹੋ ਗਈ ਹੈ ਇਸੇ ਮਿਆਦ ਵਿੱਚ 320 ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 43,946 ਹੋ ਗਈ ਹੈ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਦਾ ਖਤਰਾ ਵੱਧਦਾ ਜਾ ਰਿਹਾ ਹੈ ਦਿੱਲੀ 'ਚ ਓਮਿਕਰੋਨ ਦੇ 10 ਨਵੇਂ ਮਾਮਲੇ ਫਿਰ ਤੋਂ ਮਿਲੇ ਹਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦੇ 10 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਕੁੱਲ 20 ਮਾਮਲੇ ਹੋ ਗਏ ਹਨ ਇਹਨਾਂ 'ਚੋਂ 10 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਜੈਨ ਨੇ ਦੱਸਿਆ ਕਿ ਜਿਨ੍ਹਾਂ 40 ਨਮੂਨਿਆਂ ਨੂੰ ਜੀਨੋਮ ਜਾਂਚ ਦੇ ਲਈ ਭੇਜਿਆ ਸੀ ਉਹਨਾਂ 'ਚੋਂ 10 'ਚ ਓਮਿਕਰੋਨ ਰੂਪ ਦੀ ਪੁਸ਼ਟੀ ਹੋਈ ਹੈ ਮੰਤਰੀ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਕਈ ਯਾਤਰੀ ਇੰਦਰਾ ਗਾਂਧੀ ਕੌਮਾਂਤਰੀ ਅੱਡੇ 'ਤੇ ਪਹੁੰਚਣ 'ਤੇ ਕੋਰੋਨਾ ਵਾਇਰਸ ਨਾਲ ਪੀੜਿਤ ਪਾਏ ਜਾ ਰਹੇ ਹਨ ਉੱਥੇ ਹੀ ਮੰਗਲਵਾਰ ਨੂੰ ਕਿਹਾ ਗਿਆ ਸੀ ਕਿ ਓਮਿਕਰੋਨ ਰੂਪ ਦੇ ਮਾਮਲੇ ਹਾਲੇ ਭਾਈਚਾਰਕ ਪੱਧਰ 'ਤੇ ਨਹੀਂ ਫੈਲੇ ਹਨ ਅਤੇ ਸਥਿਤੀ ਹਾਲੇ ਕੰਟਰੋਲ 'ਚ ਹੈ ਵਧੇਰੇ ਖਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਬਣੇ ਰਹੋ ਫਰੈਂਡਸ ਟੀਵੀ ਕੈਨੇਡਾ ਦੇ ਨਾਲ